ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਸ਼ਿਵਰਾਜ ਢਿੱਲੋਂ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਅੱਜ ਅਸੀਂ ਇਸ ਵੀਡੀਓ 'ਚ ਪੜ੍ਹਨ ਜਾ ਰਹੇ ਹਾਂ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦੀ ਆਲੋਚਨਾ। ਪ੍ਰੈਜ਼ੀਡੈਂਟ ਆਫ ਇੰਡੀਆ ਪਾਰਟ 2 ਦੇ ਵਿੱਚ ਤੁਸੀਂ ਪੜ੍ਹ ਚੁੱਕੇ ਹੋ ਰਾਸ਼ਟਰਪਤੀ ਦੀਆਂ ਸਧਾਰਨ ਅਤੇ ਸੰਕਟਕਾਲੀਨ ਸ਼ਕਤੀਆਂ। ਅਤੇ ਸੰਕਟਕਾਲੀਨ ਸ਼ਕਤੀਆਂ ਦੇ ਵਿੱਚ ਅਸੀਂ ਪੜ੍ਹਿਆ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਸੰਕਟਕਾਲੀਨ ਸ਼ਕਤੀਆਂ, ਰਾਸ਼ਟਰੀ ਸੰਕਟਕਾਲ, ਸੰਵਿਧਾਨਕ ਸੰਕਟਕਾਲ ਅਤੇ ਵਿੱਤੀ ਸੰਕਟਕਾਲ ਬਾਰੇ ਵਿਸਥਾਰ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ। ਇਸ ਚੈਪਟਰ ਦੇ ਵਿੱਚ ਅਸੀਂ ਰਾਸ਼ਟਰਪਤੀ ਦੀਆਂ ਜਿਹੜੀਆਂ ਸੰਕਟਕਾਲੀਨ ਸ਼ਕਤੀਆਂ ਹੈ ਉਹਨਾਂ ਦੀ ਆਲੋਚਨਾ ਪੜ੍ਹਾਂਗੇ। ਕ੍ਰਿਟਿਸਿਜ਼ਮ ਆਫ ਐਮਰਜੈਂਸੀ ਪਾਵਰਸ ਆਫ ਪ੍ਰੈਜ਼ੀਡੈਂਟ ਆਫ ਇੰਡੀਆ। ਸ਼ੁਰੂ ਤੋਂ ਹੀ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਵਾਦ ਵਿਵਾਦ ਦਾ ਵਿਸ਼ਾ ਬਣੀਆਂ ਰਹੀਆਂ ਹਨ। ਐਚ ਵੀ ਕਾਮਥ ਅਨੁਸਾਰ ਸੰਸਾਰ ਦੇ ਲੋਕਤੰਤਰੀ ਦੇਸ਼ਾਂ ਦੇ ਕਿਸੇ ਵੀ ਸੰਵਿਧਾਨ ਦੀ ਸੰਕਟਕਾਲ ਨਾਲ ਸੰਬੰਧਿਤ ਅਧਿਆਇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਸ਼੍ਰੀ ਐਚ ਵੀ ਕਾਮਥ ਨੇ ਅੱਗੇ ਚੱਲ ਕੇ ਕਿਹਾ, ਇਹ ਸ਼ਰਮ ਅਤੇ ਅਫਸੋਸ ਦਾ ਦਿਨ ਹੈ, ਰੱਬ ਹੀ ਭਾਰਤੀ ਲੋਕਾਂ ਦੀ ਰੱਖਿਆ ਕਰੇ। ਕਈ ਆਲੋਚਕਾਂ ਦਾ ਵਿਚਾਰ ਹੈ ਕਿ ਇਸ ਅਧਿਐਨ ਨਾਲ ਅਸੀਂ ਭਾਰਤ ਵਿੱਚ ਇੱਕ ਨਿਰੰਕੁਸ਼ ਅਤੇ ਪੁਲਿਸ ਰਾਜ ਦੀਆਂ ਨੀਹਾਂ ਬਣਾ ਰਹੇ ਹਾਂ। ਹੁਣ ਕੀ ਕ੍ਰਿਟੀਸਿਜ਼ਮ ਕੀਤਾ ਜਾਂਦਾ ਆਲੋਚਕਾਂ ਦੁਆਰਾ? ਉਹ ਕਹਿੰਦੇ, ਰਾਜਾਂ ਦੀ ਸੁਤੰਤਰਤਾ ਅਤੇ ਛਾਪਾ। ਭਾਰਤ ਇੱਕ ਸੰਘਾਤਮਕ ਦੇਸ਼ ਹੈ। ਸੰਘਾਤਮਕ ਦਾ ਅਰਥ ਹੈ, ਚਾਹੇ ਅਰਧ ਸੰਘਾਤਮਕ ਹੈ ਪਰ ਫਿਰ ਵੀ ਸੰਘਾਤਮਕ ਦਾ ਅਰਥ ਹੁੰਦਾ ਕਿ ਰਾਜਾਂ ਦਾ ਕੋਲ ਆਪਣੀਆਂ ਸ਼ਕਤੀਆਂ ਹੁੰਦੀਆਂ ਨੇ। ਸੰਵਿਧਾਨ ਅਨੁਸਾਰ ਰਾਜਾਂ ਨੂੰ ਅਲੱਗ ਸ਼ਕਤੀਆਂ ਦਿੱਤੀਆਂ ਗਈਆਂ ਹੁੰਦੀਆਂ ਹਨ। ਕੇਂਦਰ ਸਰਕਾਰ ਵੱਲ ਆਪਣੀਆਂ ਸ਼ਕਤੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਆਪਣੇ ਆਪਣੇ ਖੇਤਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹਨ। ਪਰ ਜਦੋਂ ਐਮਰਜੈਂਸੀ ਪਾਵਰ ਲਾਗੂ ਹੋ ਜਾਂਦੀ ਹੈ ਤਾਂ ਰਾਜਾਂ ਦੀਆਂ ਸ਼ਕਤੀਆਂ ਅਤੇ ਕਾਨੂੰਨ ਬਣਾਉਣ ਦਾ ਅਧਿਕਾਰ ਵੀ ਸੰਘੀ ਸਰਕਾਰ ਕੋਲ ਆ ਜਾਂਦਾ ਹੈ। ਸੋ ਇਹ ਰਾਜਾਂ ਦੀ ਸੁਤੰਤਰਤਾ 'ਤੇ ਛਾਪਾ ਹਨ। ਸੰਕਟਕਾਲੀਨ ਸ਼ਕਤੀਆਂ ਰਾਜਾਂ ਦੀ ਸੁਤੰਤਰਤਾ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ, ਕਿਉਂਕਿ ਪਹਿਲੀ ਪ੍ਰਕਾਰ ਦੇ ਸੰਕਟਕਾਲ ਦੌਰਾਨ ਜਿਹੜੀ ਰਾਸ਼ਟਰੀ ਸੰਕਟਕਾਲ ਨੈਸ਼ਨਲ ਐਮਰਜੈਂਸੀ ਧਾਰਾ 352 'ਚ ਲੱਗਦੀ ਹੈ, ਰਾਸ਼ਟਰਪਤੀ ਰਾਜਾਂ ਨੂੰ ਕਾਰਜ ਸਾਧਕੀ ਸ਼ਕਤੀਆਂ ਦੇ ਪ੍ਰਯੋਗ ਦੇ ਸੰਬੰਧ 'ਚ ਨਿਰਦੇਸ਼ ਦੇ ਸਕਦਾ ਹੈ। ਮਤਲਬ ਸ਼ਕਤੀ ਰਾਜ ਦੀ ਕਾਰਜ ਸਾਧਕੀ ਸ਼ਕਤੀ ਹੈ ਪਰ ਨਿਰਦੇਸ਼ ਕੌਣ ਦਿੰਦਾ? ਰਾਸ਼ਟਰਪਤੀ। ਸੰਘੀ ਸੰਸਦ ਰਾਜ ਸੂਚੀ ਸ਼ਾਮਲ ਵਿਸ਼ਿਆਂ ਦੇ ਸੰਬੰਧ 'ਚ ਕਾਨੂੰਨ ਪਾਸ ਕਰ ਸਕਦੀ ਹੈ। ਦੂਜੇ ਸੰਕਟਕਾਲ ਦੇ ਦੌਰਾਨ, ਦੂਜਾ ਸੰਕਟਕਾਲ ਸੰਵਿਧਾਨਕ ਸੰਕਟਕਾਲ ਧਾਰਾ 356 ਦੇ ਵਿੱਚ ਜਿਹੜਾ ਹੈਗਾ, ਰਾਜ ਦਾ ਸਮੁੱਚਾ ਪ੍ਰਬੰਧ ਸੰਘੀ ਸਰਕਾਰ ਦੇ ਕੰਟਰੋਲ ਅਧੀਨ ਚਲਾ ਜਾਂਦਾ ਹੈ। ਕਿਹਦੇ ਕੰਟਰੋਲ ਅਧੀਨ ਆ ਜਾਂਦਾ? ਸੰਘੀ ਸਰਕਾਰ ਦੇ ਕੰਟਰੋਲ ਅਧੀਨ। ਤੀਜੀ ਪ੍ਰਕਾਰ ਦੇ ਸੰਕਟਕਾਲ ਦੇ ਦੌਰਾਨ ਰਾਜਾਂ ਦੀ ਵਿੱਤੀ ਸੁਤੰਤਰਤਾ ਸੀਮਿਤ ਹੋ ਜਾਂਦੀ ਹੈ। ਤੀਜੀ ਪ੍ਰਕਾਰ ਦਾ ਜਿਹੜਾ ਸੰਕਟਕਾਲ ਹੈ ਉਸ ਦੌਰਾਨ ਜਿਹੜੀ ਰਾਜਾਂ ਦੀ ਵਿੱਤੀ ਸੁਤੰਤਰਤਾ ਸੀਮਿਤ ਹੋ ਜਾਂਦੀ, ਜਿਹੜਾ ਵਿੱਤ ਨਾਲ ਸੰਬੰਧਿਤ ਜਿਹੜੇ ਵੀ ਫੈਸਲੇ ਹੈ ਉਹ ਰਾਜ ਨਹੀਂ, ਜਾਂ ਰਾਜ ਨੂੰ ਨਿਰਦੇਸ਼ ਦਿੰਦੀ ਹੈ ਸੰਘ ਸਰਕਾਰ ਜਾਂ ਸੰਘ ਸਰਕਾਰ ਖੁਦ ਫੈਸਲੇ ਲੈਂਦੀ ਹੈ। ਦੂਜਾ ਪੁਆਇੰਟ ਆ ਗਿਆ, ਸੰਕਟਕਾਲੀਨ ਸ਼ਕਤੀਆਂ ਦਾ ਦੁਰਉਪਯੋਗ ਹੋਣ ਦੀ ਸੰਭਾਵਨਾ ਰਹਿੰਦੀ ਹੈ। ਰਾਜਾਂ ਵਿੱਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਣ ਲਈ ਦੂਜੀ ਪ੍ਰਕਾਰ ਦੇ ਸੰਕਟਕਾਲ ਦਾ ਪ੍ਰਯੋਗ ਕੀਤਾ ਜਾ ਸਕਦਾ। ਮੰਨ ਲਓ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੋਰ ਸਰਕਾਰ ਹੈ, ਹੋਰ ਰਾਜਨੀਤਿਕ ਦਲ ਦੀ ਸਰਕਾਰ ਹੈ, ਅਤੇ ਕੁਝ ਰਾਜਾਂ ਦੇ ਵਿੱਚ ਹੋਰ ਰਾਜਨੀਤਿਕ ਦਲ ਦੀ ਸਰਕਾਰ ਹੈ, ਤਾਂ ਉਹ ਰਾਜਨੀਤਿਕ ਦਲ ਉਹਨਾਂ ਰਾਜਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਆਪਣੀ ਸਰਕਾਰ ਨਹੀਂ ਹੈ, ਹੋਰ ਰਾਜਨੀਤਿਕ ਦਲਾਂ ਦੀ ਸਰਕਾਰ ਹੈ, ਉਹਨਾਂ ਰਾਜਾਂ ਦੀ ਸਰਕਾਰ ਨੂੰ ਡੇਗਣ ਦੇ ਲਈ ਸੰਕਟਕਾਲੀਨ ਸ਼ਕਤੀਆਂ ਦਾ ਪ੍ਰਯੋਗ ਕਰ ਸਕਦਾ ਹੈਗਾ। ਕੇਂਦਰੀ ਸਰਕਾਰ
ਰਾਜਾਂ ਦੇ ਰਾਜਪਾਲਾਂ ਤੋਂ ਆਪਣੀ ਪਸੰਦ ਦੀ ਰਿਪੋਰਟ ਪ੍ਰਾਪਤ ਕਰਕੇ ਸੰਵਿਧਾਨਕ ਵਿਧੀਆਂ ਨਾਲ ਕਾਇਮ ਕੀਤੀ ਗਈ ਰਾਜ ਦੀ ਸਰਕਾਰ ਨੂੰ ਤੋੜਨ ਦੀ ਰਾਸ਼ਟਰਪਤੀ ਨੂੰ ਸਿਫਾਰਸ਼ ਕਰ ਸਕਦੀ ਹੈ। 1977 ਅਤੇ 1980 ਵਿੱਚ 9 ਰਾਜਾਂ ਦੀਆਂ ਵਿਧਾਨ ਸਭਾਵਾਂ ਨੂੰ ਭੰਗ ਕਰਨਾ ਇਸ ਗੱਲ ਦਾ ਸਬੂਤ ਹੈ। ਉਦੋਂ 9 ਰਾਜਾਂ ਦੀਆਂ ਵਿਧਾਨ ਸਭਾਵਾਂ ਸਿਰਫ ਇਸ ਲਈ ਭੰਗ ਕਰ ਦਿੱਤੀਆਂ ਗਈਆਂ ਸੀਗੀਆਂ 1977 1980 ਵਿੱਚ ਕਿ ਉੱਥੇ ਕੇਂਦਰ ਸਰਕਾਰ ਦੇ ਵਿੱਚ ਹੋਰ ਰਾਜਨੀਤਿਕ ਦਲ ਦੀ ਸਰਕਾਰ ਸੀ ਅਤੇ ਰਾਜਾਂ ਦੇ ਵਿੱਚ ਦੂਸਰੇ ਰਾਜਨੀਤਿਕ ਦਲ ਦੀ ਸਰਕਾਰ ਸੀ। ਉਹਨਾਂ ਸਰਕਾਰਾਂ ਨੂੰ ਡੇਗਣ ਦੇ ਲਈ ਹੀ ਰਾਜਪਾਲਾਂ ਤੋਂ ਆਪਣੀ ਮਰਜ਼ੀ ਦੀ ਰਿਪੋਰਟ ਲਿਖਾ ਲਈ ਜਾਂਦੀ ਕਿ ਇੱਥੇ ਸੰਵਿਧਾਨਕ ਜਿਹੜਾ ਇਸ ਤਰੀਕੇ ਦੇ ਨਾਲ ਸਰਕਾਰ ਰਾਜ ਨਹੀਂ ਚਲਾ ਰਹੀ ਹੈ। ਸੰਘਾਤਮਕ ਸਿਧਾਂਤਾਂ ਨਾਲ ਮੇਲ ਨਹੀਂ ਖਾਧੀਆਂ, ਫੈਡਰਲ ਸਿਸਟਮ ਦੇ ਅਕੋਰਡਿੰਗ ਨਹੀਂ ਹੈ। ਭਾਰਤ 'ਚ ਸੰਘਾਤਮਕ ਚਾਹੇ ਅਰਧ ਸੰਘਾਤਮਕ, ਮੈਂ ਪਹਿਲਾਂ ਵੀ ਗੱਲ ਕੀਤੀ, ਪਰ ਫਿਰ ਵੀ ਭਾਰਤ 'ਚ ਸੰਘਾਤਮਕ ਵਿਵਸਥਾ ਹੈ। ਸੰਘਾਤਮਕ ਸ਼ਾਸਨ ਪ੍ਰਣਾਲੀ ਵਿੱਚ ਪ੍ਰਾਂਤਾਂ ਦੀ ਵੱਖਰੀ ਹੋਂਦ ਅਤੇ ਅਧਿਕਾਰ ਖੇਤਰ ਹੁੰਦਾ ਹੈ, ਪਰੰਤੂ ਸੰਕਟ ਕਾਲ ਦੇ ਦੌਰਾਨ ਪ੍ਰਾਂਤਾਂ ਦੀ ਸੁਤੰਤਰਤਾ ਖਤਮ ਹੋ ਜਾਂਦੀ ਹੈ। ਜਿਹੜੀਆਂ ਸ਼ਕਤੀਆਂ ਦੀ ਵੰਡ ਹੈ ਉਹ ਰਾਜਾਂ ਦੇ ਕੇਂਦਰ ਦੇ ਵਿੱਚ ਹੋਈ ਹੁੰਦੀ ਹੈ, ਪਰ ਕਿਉਂਕਿ ਸੰਕਟ ਕਾਲ ਦੇ ਦੌਰਾਨ ਜਿਹੜੇ ਪ੍ਰਾਂਤਾਂ ਦੀ ਸੁਤੰਤਰਤਾ ਖਤਮ ਹੋ ਜਾਂਦੀ ਹੈ। ਪਹਿਲੀ ਪ੍ਰਕਾਰ ਦੇ ਸੰਕਟ ਕਾਲ ਦੌਰਾਨ ਸਾਡਾ ਸੰਘੀ ਢਾਂਚਾ ਏਕਾਤਮਕ ਵਿੱਚ ਬਦਲ ਜਾਂਦਾ ਹੈ ਅਤੇ ਧਾਰਾ 356 ਅਧੀਨ ਸੰਵਿਧਾਨਕ ਸੰਕਟ ਕਾਲ ਲਾਗੂ ਕਰਕੇ ਰਾਜਾਂ ਦੀਆਂ ਸਰਕਾਰਾਂ ਤੋੜ ਦਿੱਤੀਆਂ ਜਾਂਦੀਆਂ ਹਨ ਅਤੇ ਰਾਜਾਂ ਦਾ ਪ੍ਰਬੰਧ ਸੰਘੀ ਸਰਕਾਰ ਦੇ ਕੰਟਰੋਲ ਅਧੀਨ ਆ ਜਾਂਦਾ ਹੈ। ਇਹ ਸਭ ਸੰਘਾਤਮਕ ਸਿਧਾਂਤਾਂ ਦੇ ਉਲਟ ਹੈ। ਸੰਘਾਤਮਕ ਵਿਵਸਥਾ ਦੇ ਵਿੱਚ ਰਾਜ ਆਪਣੇ ਖੇਤਰ ਦੀਆਂ ਸ਼ਕਤੀਆਂ ਅਤੇ ਕੇਂਦਰ ਆਪਣੇ ਖੇਤਰ ਦੀ ਸ਼ਕਤੀਆਂ ਦੀ ਪ੍ਰਯੋਗ ਕਰਦਾ ਹੈ, ਪਰ ਐਮਰਜੈਂਸੀ ਹਾਲਾਤਾਂ ਦੇ ਵਿੱਚ, ਸੰਕਟਕਾਲੀਨ ਜਿਹੜੇ ਹਾਲਾਤਾਂ ਦੇ ਵਿੱਚ ਸ਼ਕਤੀਆਂ ਦਾ ਪ੍ਰਯੋਗ ਕਰਕੇ ਕੇਂਦਰ ਸਰਕਾਰ ਜਾਂ ਸੰਘ ਸਰਕਾਰ ਸਾਰਾ ਕੁਝ ਆਪਣੇ ਹੱਥ 'ਚ ਲੈ ਲੈਂਦੀ ਹੈ, ਰਾਜਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਵੀ ਆਪਣੇ ਹੱਥ 'ਚ ਲੈ ਲੈਂਦੀ ਹੈ। ਇਹ ਸੰਘਾਤਮਕ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ ਚੀਜ਼ ਜਾਂ ਇਹ ਫੈਡਰਲ ਸਿਸਟਮ ਦੇ ਅਕੋਰਡਿੰਗ ਨਹੀਂ ਹੈ। ਲੋਕਤੰਤਰੀ ਸਿਧਾਂਤਾਂ ਦੇ ਵਿਰੁੱਧ, ਅਗੇਂਸਟ ਡੈਮੋਕ੍ਰੈਟਿਕ ਜਿਹੜੇ ਸਿਧਾਂਤ ਨੇ, ਸੰਕਟਕਾਲੀਨ ਸ਼ਕਤੀਆਂ ਲੋਕਤੰਤਰ ਦੇ ਮੱਥੇ ਉੱਤੇ ਕਲੰਕ ਹਨ, ਕਿਉਂਕਿ ਇਹ ਲੋਕਤੰਤਰੀ ਡੈਮੋਕ੍ਰੈਟਿਕ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ। ਲੋਕਾਂ ਦੇ ਅਧਿਕਾਰ ਅਤੇ ਸੁਤੰਤਰਤਾਵਾਂ ਮੁਅੱਤਲ ਕਰ ਦਿੱਤੀਆਂ ਜਾਂਦੀਆਂ ਹਨ, ਅਣਲੋਕਤੰਤਰੀ ਤਰੀਕਿਆਂ ਨਾਲ ਚੁਣੀ ਸਰਕਾਰ ਖਤਮ ਕਰ ਦਿੱਤੀ ਜਾਂਦੀ ਹੈ। ਰਾਸ਼ਟਰਪਤੀ ਤਾਨਾਸ਼ਾਹ ਬਣ ਸਕਦਾ ਹੈ। ਆਲੋਚਕਾਂ ਦਾ ਇਹ ਵੀ ਮਤ ਹੈ ਕਿ ਕੋਈ ਵੀ ਰਾਸ਼ਟਰਪਤੀ ਜਿਹੜਾ ਲੋਕਤੰਤਰੀ ਸਿਧਾਂਤਾਂ ਦੇ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ, ਸੰਕਟਕਾਲੀਨ ਸ਼ਕਤੀਆਂ ਦੇ ਪ੍ਰਯੋਗ ਦੁਆਰਾ ਰਾਜ ਪ੍ਰਬੰਧਕੀ ਸ਼ਕਤੀਆਂ ਆਪਣੇ ਹੱਥਾਂ 'ਚ ਲੈ ਸਕਦਾ ਹੈ ਅਤੇ ਤਾਨਾਸ਼ਾਹ ਬਣ ਸਕਦਾ ਹੈ। ਅਜਿਹੀਆਂ ਸ਼ਕਤੀਆਂ ਦੇ ਪ੍ਰਯੋਗ ਦੁਆਰਾ ਹੀ ਹਿਟਲਰ ਨੇ ਜਰਮਨੀ ਵਿੱਚ ਆਪਣੀ ਤਾਨਾਸ਼ਾਹੀ ਕਾਇਮ ਕੀਤੀ ਸੀ। ਮੌਲਿਕ ਅਧਿਕਾਰਾਂ 'ਤੇ ਛਾਪਾ, ਮੌਲਿਕ ਅਧਿਕਾਰ ਅਤੇ ਸੁਤੰਤਰਤਾਵਾਂ ਜਿਨ੍ਹਾਂ ਦੀ ਪ੍ਰਾਪਤੀ ਲਈ ਭਾਰਤ ਵਾਸੀਆਂ ਦੁਆਰਾ ਅਨੇਕਾਂ ਕੁਰਬਾਨੀਆਂ ਦਿੱਤੀਆਂ ਸਨ, ਸੁਤੰਤਰ ਭਾਰਤ ਵਿੱਚ ਰਾਸ਼ਟਰਪਤੀ ਸੰਕਟ ਕਾਲ ਦੀ ਘੋਸ਼ਣਾ ਰਾਹੀਂ ਉਹਨਾਂ ਦਾ ਗਲਾ ਘੁੱਟ ਸਕਦਾ ਹੈ। ਕਾਰਜਪਾਲਿਕਾ ਦੁਆਰਾ ਵਨ ਮਿੰਟ ਬੇਟੇ ਜਸਟ ਵਨ ਮਿੰਟ ਜਸਟ ਵਨ ਮਿੰਟ ਫਾਈਲ ਨੂੰ ਦੁਬਾਰਾ ਖੋਲਦਾ, ਦੋ ਮਿੰਟ ਲਈ ਟਾਈਮ ਦਿਓ। ਫਾਈਲ ਜਿਹੜੀ ਸੀ ਉਹ ਕਲੋਜ਼ ਹੋ ਗਈ ਸੀ, ਫਾਈਲ ਨੂੰ ਦੁਬਾਰਾ ਖੋਲਣ ਦੀ ਕੋਸ਼ਿਸ਼ ਕਰਦਾ ਹਾਂ। ਹਾਂ, 3 ਨੰਬਰ PPT
ਹਾਂ ਮੌਲਿਕ ਅਧਿਕਾਰਾਂ 'ਤੇ ਛਾਪਾ, ਅਸੀਂ ਇੱਥੇ ਪੜ੍ਹ ਰਹੇ ਸੀ ਮੌਲਿਕ ਅਧਿਕਾਰਾਂ 'ਤੇ ਛਾਪਾ, ਮੌਲਿਕ ਅਧਿਕਾਰਾਂ ਅਤੇ ਸੁਤੰਤਰਤਾਵਾਂ ਜਿਨ੍ਹਾਂ ਦੀ ਪ੍ਰਾਪਤੀ ਲਈ ਭਾਰਤ ਵਾਸੀਆਂ ਦੁਆਰਾ ਅਨੇਕਾਂ ਕੁਰਬਾਨੀਆਂ ਦਿੱਤੀਆਂ ਸਨ ਅਤੇ ਭਾਰਤ ਵਿੱਚ ਰਾਸ਼ਟਰਪਤੀ ਸੰਕਟ ਕਾਲ ਦੀ ਘੋਸ਼ਣਾ ਰਾਹੀਂ ਉਹਨਾਂ ਦਾ ਗਲਾ ਘੁੱਟ ਸਕਦਾ ਹੈ, ਕਿਉਂਕਿ ਜਿਹੜੀ ਭਾਰਤੀ ਸੁਤੰਤਰਤਾ ਦੀ ਲੜਾਈ ਚੱਲੀ ਆ ਉਹ ਇਹਨਾਂ ਅਧਿਕਾਰਾਂ ਦੀ ਲੜਾਈ ਹੀ ਸੀ। ਕਾਰਜਪਾਲਿਕਾ ਦੁਆਰਾ ਮੌਲਿਕ ਅਧਿਕਾਰਾਂ ਅਤੇ ਸੁਤੰਤਰਤਾਵਾਂ ਦਾ ਮੁਅੱਤਲ ਕਰ ਦਿੱਤਾ ਜਾਣਾ ਨਿਰਕੁਸ਼ਤਾ ਦੀ ਬੁਨਿਆਦ ਰੱਖਣਾ ਹੈ। ਸੰਕਟਕਾਲੀਨ ਸ਼ਕਤੀਆਂ ਦਾ ਰਾਜਨੀਤਿਕ ਉਦੇਸ਼ਾਂ ਲਈ ਪ੍ਰਯੋਗ, ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਧਾਰਾ 356 ਦਾ ਪ੍ਰਯੋਗ ਰਾਜਾਂ ਵਿੱਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਣ ਲਈ ਕੀਤਾ ਗਿਆ ਹੈ। ਸੰਘੀ ਸਰਕਾਰ ਰਾਜਪਾਲ ਕੋਲੋਂ ਮਨਮਰਜ਼ੀ ਦੀ ਰਿਪੋਰਟ ਪ੍ਰਾਪਤ ਕਰਕੇ ਸੰਕਟਕਾਲ ਲਾਗੂ ਕਰ ਸਕਦੀ ਹੈ ਅਤੇ ਰਾਜ ਦੀ ਸਰਕਾਰ ਨੂੰ ਤੋੜ ਸਕਦੀ ਹੈ। ਇਸ ਦੀਆਂ ਅਨੇਕਾਂ ਉਦਾਹਰਨਾਂ ਹਨ। ਇਹਨਾਂ ਰਾਜਨੀਤਿਕ ਉਦੇਸ਼ਾਂ ਲਈ ਪਿੱਛੇ ਵੀ ਅਸੀਂ ਐਗਜ਼ਾਮਪਲ ਪੜ੍ਹੀ ਸੀ ਕਿ ਜੇਕਰ ਕੇਂਦਰ ਵਿੱਚ ਹੋਰ ਸਰਕਾਰ ਹੈ ਤਾਂ ਉਹ ਰਾਜ ਸਰਕਾਰ ਨੂੰ ਡੇਗਣ ਦੇ ਲਈ ਹੀ ਆਪਣੇ ਜਿਹੜੀ ਸੰਕਟਕਾਲੀਨ ਘੋਸ਼ਣਾ ਜਿਹੜੀ ਆ ਉਹ ਲਾਗੂ ਕਰ ਸਕਦੀ ਹੈ। ਰਾਜਾਂ ਦੀ ਵਿੱਤੀ ਸੁਤੰਤਰਤਾ ਲਈ ਖਤਰਨਾਕ। ਵਿੱਤੀ ਸੰਕਟਕਾਲ ਦੇ ਦੌਰਾਨ ਰਾਜਾਂ ਦੀ ਵਿੱਤੀ ਸੁਤੰਤਰਤਾ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਇਸ ਤੋਂ ਉਪਰੰਤ ਰਾਸ਼ਟਰਪਤੀ ਰਾਸ਼ਟਰੀ ਸੰਕਟਕਾਲ ਦੇ ਦੌਰਾਨ ਰਾਸ਼ਟਰਪਤੀ ਕੇਂਦਰ ਅਤੇ ਰਾਜਾਂ ਵਿਚਕਾਰ ਵਿੱਤੀ ਸੋਮਿਆਂ ਦੀ ਦੁਬਾਰਾ ਵੰਡ ਵੀ ਕਰ ਸਕਦਾ ਹੈ। ਸੰਵਿਧਾਨਕ ਸੰਕਟਕਾਲ ਦੇ ਦੌਰਾਨ ਤਾਂ ਸੰਬੰਧਿਤ ਰਾਜ ਦਾ ਸਾਲਾਨਾ ਬਜਟ ਹੀ ਸੰਘੀ ਸੰਸਦ ਦੁਆਰਾ ਪਾਸ ਕੀਤਾ ਜਾਂਦਾ ਹੈ। ਇਸ ਸਭ ਦਾ ਅਸਰ ਰਾਜਾਂ ਦੀ ਵਿੱਤੀ ਸੁਤੰਤਰਤਾ 'ਤੇ ਜ਼ਰੂਰ ਪੈਂਦਾ ਹੈ, ਕਿਉਂਕਿ ਸਾਰੀਆਂ ਵਿੱਤੀ ਸੁਤੰਤਰਤਾਵਾਂ ਬਜਟ ਪਾਸ ਕਰਨਾ, ਕੇਂਦਰ ਸਰਕਾਰ ਅਤੇ ਰਾਜਾਂ ਵਿੱਚ ਜਿਹੜੀ ਹੈਗੀ ਹੈ ਟੈਕਸਾਂ ਦੀ ਵੰਡ, ਵਿੱਤ ਦੀ ਵੰਡ, ਵਿੱਤੀ ਸੋਮਿਆਂ ਦੀ ਵੰਡ ਹੈ ਜਿਹੜੀ, ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਸੰਘ ਸਰਕਾਰ ਕੋਲ ਆ ਜਾਂਦੀਆਂ। ਇਹਦੇ ਨਾਲ ਜਿਹੜੀ ਰਾਜਾਂ ਦੀ ਵਿੱਤੀ ਸੁਤੰਤਰਤਾ ਹੈ ਉਹਦੇ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਹ ਸੀ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦੀ ਆਲੋਚਨਾ ਦੇ ਪੁਆਇੰਟ, ਅਤੇ ਹੁਣ ਅਸੀਂ ਪੜ੍ਹਾਂਗੇ ਸੰਕਟਕਾਲੀਨ ਸ਼ਕਤੀਆਂ ਦੀ ਉਚਿਤਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਕਟਕਾਲੀਨ ਸ਼ਕਤੀਆਂ ਵਿੱਚ ਬੁਰਾਈਆਂ ਹਨ, ਪਰੰਤੂ ਇਹ ਜ਼ਰੂਰੀ ਬੁਰਾਈਆਂ ਹਨ ਅਤੇ ਇਹਨਾਂ ਦੀ ਉਚਿਤਤਾ ਦੇ ਹੱਕ ਵਿੱਚ ਹੇਠ ਲਿਖੀਆਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ। ਚਾਹੇ ਇਹ ਸ਼ਕਤੀਆਂ ਨਿਰੰਕੁਸ਼ ਲੱਗਦੀਆਂ ਦੇਖਣ ਨੂੰ, ਚਾਹੇ ਇਹਨਾਂ ਸ਼ਕਤੀਆਂ ਦੇ ਨਾਲ ਸੰਘਾਤਮਕ ਢਾਂਚਾ ਪੂਰੀ ਤਰ੍ਹਾਂ ਅਕਾਤਮਕ ਵਿੱਚ ਬਦਲ ਜਾਂਦਾ ਹੈ, ਚਾਹੇ ਜਿਹੜਾ ਹੈ ਲੋਕਾਂ ਦੇ ਅਧਿਕਾਰ ਜਿਹੜੇ ਨੇ ਉਹ ਖੋਹ ਲਏ ਜਾਂਦੇ ਨੇ ਕੁਝ ਸਮੇਂ ਲਈ, ਪਰ ਫਿਰ ਵੀ ਇਹਨਾਂ ਦੀ ਉਚਿਤਤਾ ਨੂੰ ਲੈ ਕੇ, ਇਹਨਾਂ ਨੂੰ ਜਸਟੀਫਾਈ, ਇਹਨਾਂ ਦੀ ਜਿਹੜੀ ਜਸਟੀਫਿਕੇਸ਼ਨ ਨੂੰ ਲੈ ਕੇ ਜਿਹੜੀਆਂ ਦਲੀਲਾਂ ਅਸੀਂ ਪੜ੍ਹਾਂਗੇ ਕਿ ਕਿਉਂ ਜ਼ਰੂਰਤ ਸੀ ਸੰਕਟਕਾਲੀਨ ਸ਼ਕਤੀਆਂ ਦੀ, ਕਿਉਂ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਵਿਰੋਧ ਹੋਣ ਦੇ ਬਾਵਜੂਦ ਵੀ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਨੂੰ ਜਿਹੜਾ ਹੈਗਾ ਉਹ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ। ਸਭ ਤੋਂ ਪਹਿਲਾਂ ਮਜ਼ਬੂਤ ਕੇਂਦਰ ਸਮੇਂ ਦੀ ਲੋੜ। ਜਦੋਂ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਪਾਕਿਸਤਾਨ ਦੁਆਰਾ ਕਸ਼ਮੀਰ 'ਤੇ ਘੁਸਪੈਠੀਆਂ ਰਾਹੀਂ ਹਮਲਾ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਦੇਸੀ ਰਿਆਸਤਾਂ ਦੇ ਰਾਜੇ ਸੁਤੰਤਰਤਾ ਦੇ ਸੁਪਨੇ ਲੈਣ ਲੱਗ ਪਏ ਸਨ। ਅਜਿਹੀਆਂ ਸਥਿਤੀਆਂ ਵਿੱਚ ਮਜ਼ਬੂਤ ਕੇਂਦਰ ਦੀ ਲੋੜ ਮਹਿਸੂਸ ਕੀਤੀ ਗਈ ਅਤੇ ਸੰਕਟਕਾਲੀਨ ਸ਼ਕਤੀਆਂ ਕੇਂਦਰ ਨੂੰ ਮਜ਼ਬੂਤ ਬਣਾਉਂਦੀਆਂ ਹਨ, ਕਿਉਂਕਿ ਜੇਕਰ ਕੋਈ ਬਾਹਰੀ ਹਮਲਾ ਹੋ ਜਾਂਦਾ, ਕੋਈ ਵਿੱਚੋਂ ਅੰਦਰੂਨੀ ਹਮਲਾ ਹੋ ਜਾਂਦਾ ਹੈਗਾ, ਹਥਿਆਰਬੰਦ ਸੰਘਰਸ਼ ਹੋ ਜਾਂਦਾ ਹੈ, ਤਾਂ ਸੰਕਟਕਾਲੀਨ ਸ਼ਕਤੀਆਂ ਰਾਹੀਂ ਉਸ ਨਾਲ ਨਿਪਟਿਆ ਜਾ ਸਕਦਾ ਹੈਗਾ। ਇਸ ਲਈ ਮਜ਼ਬੂਤ ਕੇਂਦਰ ਸਮੇਂ ਦੀ ਲੋੜ ਸੀ। ਇਤਿਹਾਸਕ ਅਨੁਭਵ। ਜੇਕਰ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਪਿਛੋਕੜ ਬਾਰੇ ਝਾਂਤ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦੀ ਲੰਮੀ ਗੁਲਾਮੀ ਲਈ ਕਮਜ਼ੋਰ ਕੇਂਦਰ ਜ਼ਿੰਮੇਵਾਰ ਰਿਹਾ ਅਤੇ ਅਸੀਂ ਦੁਬਾਰਾ ਇਹ ਗਲਤੀ ਨਹੀਂ ਕਰਨੀ ਚਾਹੁੰਦੇ ਸੀ। ਇਸ ਤੋਂ ਉਪਰੰਤ 1962, 1965 ਅਤੇ 1971 ਵਿੱਚ ਚੀਨ ਅਤੇ ਪਾਕਿਸਤਾਨ ਦੁਆਰਾ ਭਾਰਤ 'ਤੇ ਕੀਤੇ ਗਏ ਹਮਲੇ ਸੰਕਟਕਾਲੀਨ ਸ਼ਕਤੀਆਂ ਦੀ ਲੋੜ ਅਨੁਭਵ ਕਰਾਉਂਦੇ ਹਨ। ਸਾਡਾ ਇਤਿਹਾਸ ਗਵਾਹ ਹੈ ਕਿ ਬਹੁਤ ਵਾਰ ਭਾਰਤ ਦੇ ਵਿੱਚ ਅਸਲ ਦੇ ਵਿੱਚ ਇਹਨਾਂ ਸੰਕਟਕਾਲੀ ਸ਼ਕਤੀਆਂ ਨੂੰ ਲਾਗੂ ਕਰਨ ਦੀ ਜ਼ਰੂਰਤ ਪਈ ਹੈ। ਰਾਸ਼ਟਰੀ ਏਕਤਾ
ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਜ਼ਰੂਰੀ। ਜਿਹੜੀ ਨੈਸ਼ਨਲ ਯੂਨਿਟੀ ਐਂਡ ਇੰਟੀਗ੍ਰਿਟੀ ਨੂੰ ਜਿਹੜਾ ਹੈਗਾ ਮੇਨਟੇਨ ਕਰਨ ਦੇ ਲਈ ਇਹ ਸ਼ਕਤੀਆਂ ਬਹੁਤ ਜ਼ਰੂਰੀ ਹੈ। ਭਾਰਤ ਭਿੰਨਤਾਵਾਂ ਦਾ ਦੇਸ਼ ਹੈ ਅਤੇ ਪ੍ਰਾਂਤਵਾਦ, ਖੇਤਰਵਾਦ, ਇਲਾਕਾਵਾਦ, ਭਾਸ਼ਾਵਾਦ ਅਤੇ ਸੰਪਰਦਾਇਕਤਾ ਆਦਿ ਬਿਮਾਰੀਆਂ ਇਸ ਦੀ ਏਕਤਾ ਅਤੇ ਅਖੰਡਤਾ ਲਈ ਨਿਰੰਤਰ ਖਤਰਾ ਬਣੀਆਂ ਹੋਈਆਂ ਹਨ। ਇਹਨਾਂ ਬਿਮਾਰੀਆਂ ਦੇ ਮੁਕਾਬਲੇ ਅਤੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸੰਕਟਕਾਲੀਨ ਵਿਵਸਥਾਵਾਂ ਜ਼ਰੂਰੀ ਸਨ। ਅੱਜ ਮਾਓਵਾਦ ਅਤੇ ਆਤੰਕਵਾਦ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਗੰਭੀਰ ਖਤਰਾ ਬਣੇ ਹੋਏ ਹਨ। ਅੱਜ ਭਾਰਤ ਨੂੰ ਸਰਹੱਦ ਤੋਂ ਪਾਰ ਦੇ ਆਤੰਕਵਾਦ ਨਾਲ ਵੀ ਜੂਝਣਾ ਪੈ ਰਿਹਾ ਹੈ ਅਤੇ ਇਸ ਪ੍ਰਕਾਰ ਦੇ ਖਤਰਿਆਂ ਨੂੰ ਨਾਲ ਨਜਿੱਠਣ ਲਈ ਮਜ਼ਬੂਤ ਕੇਂਦਰ ਜ਼ਰੂਰੀ ਹੈ। ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਗੜਬੜ ਤੋਂ ਬਚਾਉਣਾ ਕੇਂਦਰ ਦੀ ਜ਼ਿੰਮੇਵਾਰੀ। ਸੰਵਿਧਾਨ ਦੀ ਧਾਰਾ 355 ਅਨੁਸਾਰ ਦੇਸ਼ ਦੇ ਅੰਦਰ ਸ਼ਾਂਤੀ ਵਿਵਸਥਾ ਬਣਾਈ ਰੱਖਣਾ ਅਤੇ ਬਾਹਰੀ ਹਮਲਿਆਂ ਦੀ ਤੋਂ ਰਾਖੀ ਕਰਨੀ ਕੇਂਦਰ ਦੀ ਜ਼ਿੰਮੇਵਾਰੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਵੀ ਕੇਂਦਰ ਨੂੰ ਸੰਕਟਕਾਲੀਨ ਸ਼ਕਤੀਆਂ ਦੇਣਾ ਜ਼ਰੂਰੀ ਸੀ। ਦੇਸ਼ ਦੇ ਹਿੱਤ ਵਿਅਕਤੀਗਤ ਹਿੱਤਾਂ ਨਾਲੋਂ ਪਹਿਲਾਂ ਆਉਂਦੇ ਹਨ। ਅਸੀਂ ਸੰਕਟਕਾਲੀਨ ਸ਼ਕਤੀਆਂ ਦੀ ਆਲੋਚਨਾ ਇਸ ਆਧਾਰ 'ਤੇ ਵੀ ਕਰਦੇ ਹਾਂ ਕਿ ਸੰਕਟਕਾਲ ਦੌਰਾਨ ਵਿਅਕਤੀਆਂ ਦੀਆਂ ਸੁਤੰਤਰਤਾਵਾਂ ਸੀਮਿਤ ਹੋ ਜਾਂਦੀਆਂ ਹਨ, ਪਰੰਤੂ ਯਾਦ ਰਹੇ ਦੇਸ਼ ਦੇ ਹਿੱਤ ਵਿਅਕਤੀਆਂ ਦੇ ਹਿੱਤਾਂ ਨਾਲੋਂ ਉੱਚੇ ਹੁੰਦੇ ਆ। ਸੰਕਟਕਾਲੀਨ ਸ਼ਕਤੀਆਂ ਅਸੀਮਤ ਨਹੀਂ, ਅਨਲਿਮਿਟਡ ਨਹੀਂ ਆ। ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਅਸੀਮਤ ਨਹੀਂ ਕਿਉਂਕਿ ਰਾਸ਼ਟਰਪਤੀ ਆਪਣੀ ਇੱਛਾ ਅਨੁਸਾਰ ਨਹੀਂ ਸਗੋਂ ਮੰਤਰੀ ਮੰਡਲ ਦੀ ਲਿਖਤੀ ਬੇਨਤੀ 'ਤੇ ਹੀ ਸੰਕਟਕਾਲ ਲਾਗੂ ਕਰ ਸਕਦਾ। ਅਰਥਾਤ ਰਾਸ਼ਟਰਪਤੀ ਦੀ ਮਨਮਰਜ਼ੀ ਨਹੀਂ, ਰਾਸ਼ਟਰਪਤੀ ਤਾਨਾਸ਼ਾਹ ਕਿਵੇਂ ਬਣ ਜੂਗਾ? ਉਹ ਜਿਹੜੀ ਸੰਕਟਕਾਲੀਨ ਘੋਸ਼ਣਾ ਹੈ ਉਹ ਆਪਣੇ ਇੱਛਾ ਅਨੁਸਾਰ ਨਹੀਂ ਸਗੋਂ ਮੰਤਰੀ ਮੰਡਲ ਉਹਨੂੰ ਲਿਖਤੀ ਦੇ ਵਿੱਚ ਬੇਨਤੀ ਕਰਦਾ ਹੈ ਸੰਕਟਕਾਲ ਦੀ ਘੋਸ਼ਣਾ ਲਾਗੂ ਕਰਨ ਲਈ, ਅਤੇ ਮਹੀਨੇ ਦੇ ਵਿੱਚ ਉਹਨੂੰ ਸੰਸਦ ਕੋਲੋਂ ਪ੍ਰਵਾਨ ਕਰਾਉਣਾ ਵੀ ਜ਼ਰੂਰੀ ਹੈ। ਸੰਕਟਕਾਲ ਦੇ ਐਲਾਨ ਅਤੇ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਸੰਸਦ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ। ਜੇ ਸੰਸਦ ਪ੍ਰਵਾਨ ਨਹੀਂ ਕਰੂਗੀ ਤਾਂ ਸੰਕਟਕਾਲ ਆਪਣੇ ਆਪ ਸਮਾਪਤ ਹੋ ਜਾਵੇਗਾ। ਸੰਸਦ ਸਧਾਰਨ ਬਹੁਮਤ ਨਾਲ ਮਤਾ ਪਾਸ ਕਰਕੇ ਸੰਕਟਕਾਲ ਨੂੰ ਕਦੀ ਵੀ ਖਤਮ ਕਰ ਸਕਦੀ ਹੈ। ਸੰਕਟਕਾਲ ਦਾ ਐਲਾਨ ਨਿਆਂਯੋਗ ਹੋਵੇਗਾ। ਨਿਆਂਯੋਗ ਦਾ ਅਰਥ ਕੀ ਹੁੰਦਾ? ਜਸਟੀਫਾਈਏਬਲ, ਅਰਥਾਤ ਉਹਨੂੰ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਸਿੱਟਾ, ਸੰਕਟਕਾਲੀਨ ਸ਼ਕਤੀਆਂ ਦੇ ਹੱਕ ਅਤੇ ਵਿਰੋਧ ਵਿੱਚ ਦਲੀਲਾਂ ਪੜ੍ਹਨ ਪਿੱਛੋਂ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰ ਦੀ ਰਾਖੀ ਲਈ ਇਹ ਸ਼ਕਤੀਆਂ ਸੰਵਿਧਾਨ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ, ਪਰੰਤੂ ਜਦੋਂ ਇਹਨਾਂ ਸ਼ਕਤੀਆਂ ਦਾ ਪ੍ਰਯੋਗ ਰਾਜਨੀਤਿਕ ਉਦੇਸ਼ਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ ਤਾਂ ਇਹ ਖਤਰਨਾਕ ਬਣ ਜਾਂਦੀਆਂ ਹਨ। ਇਸ ਲਈ ਇਹਨਾਂ ਸ਼ਕਤੀਆਂ ਦਾ ਪ੍ਰਯੋਗ ਬੜੀ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਅਮਰ ਨੰਦੀ ਅਨੁਸਾਰ ਇਹ ਸਪਸ਼ਟ ਹੈ ਕਿ ਸੰਘੀ ਕਾਜ ਸਾਧਕ ਨੂੰ ਸੰਕਟਕਾਲ ਦਾ ਮੁਕਾਬਲਾ ਕਰਨ ਲਈ ਦਿੱਤੀਆਂ ਹੋਈਆਂ ਇਹ ਸ਼ਕਤੀਆਂ ਭਰੀ ਹੋਈ ਬੰਦੂਕ ਦੇ ਸਮਾਨ ਹਨ ਜਿਸ ਦਾ ਪ੍ਰਯੋਗ ਨਾਗਰਿਕਾਂ ਦੀ ਸੁਤੰਤਰਤਾ ਦੀ ਰੱਖਿਆ ਲਈ ਜਾਂ ਨਸ਼ਟ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਲਈ ਇਸ ਬੰਦੂਕ ਦਾ ਪ੍ਰਯੋਗ ਬੜੀ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ। ਸੋ ਇਹ ਸੀ ਹੱਕ ਅਤੇ ਵਿਰੋਧ ਵਿੱਚ ਦਲੀਲਾਂ। ਪਹਿਲਾਂ ਅਸੀਂ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦੀ ਆਲੋਚਨਾ ਪੜ੍ਹੀ, ਫਿਰ ਉਹਨਾਂ ਦੀ ਉਚਿਤਤਾ ਬਾਰੇ, ਜਿਹੜੀ ਹੈ ਜਸਟੀਫਿਕੇਸ਼ਨ ਜਿਹੜੀ ਹੈ ਉਹਦੇ ਬਾਰੇ ਜਾਣਿਆ ਕਿ ਉਹ ਉਚਿਤ ਕਿਉਂ ਹੈ, ਕਿਉਂ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਉਹਨਾਂ ਨੂੰ ਸਾਡੇ ਸੰਵਿਧਾਨ ਦੇ ਵਿੱਚ, ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਹੈ। ਤਾਂ ਹੁਣ ਇੱਕ ਸਵਾਲ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਰਾਸ਼ਟਰਪਤੀ ਤਾਨਾਸ਼ਾਹ ਬਣ ਸਕਦਾ ਹੈ? ਤਾਂ ਹੁਣ ਅਸੀਂ ਇਸ ਸਵਾਲ ਦੇ ਉੱਤੇ ਗੱਲ ਕਰਦੇ ਕਿ ਰਾਸ਼ਟਰਪਤੀ ਤਾਨਾਸ਼ਾਹ ਬਣ ਸਕਦਾ ਕਿ ਨਹੀਂ। ਰਾਸ਼ਟਰਪਤੀ ਸੰਵਿਧਾਨਕ ਮੁਖੀ ਹੈ, ਭਾਰਤ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ, ਜਿਹੜੀ ਪਾਰਲੀਮੈਂਟਰੀ ਫੋਰਮ ਆਫ ਗਵਰਨਮੈਂਟ ਹੈ, ਅਤੇ ਸਰਕਾਰ ਦਾ ਮੁਖੀ ਜਿਹੜਾ ਰਾਸ਼ਟਰਪਤੀ ਹੈ, ਨਾ ਮਾਤਰ ਦਾ ਕਾਸ਼ਾਦ ਮੁਖੀ ਹੈ। ਸੋ ਭਾਰਤ ਦਾ ਰਾਸ਼ਟਰਪਤੀ ਨਾ ਮਾਤਰ ਦਾ ਸੰਵਿਧਾਨ ਮੁਖੀ ਰਿਹਾ, ਇਸ ਲਈ ਤਾਨਾਸ਼ਾਹ ਨਹੀਂ ਬਣ ਸਕਦਾ ਗਾ, ਕਿਉਂਕਿ ਉਹ ਆਪਣੀ, ਚਾਹੇ ਰਾਸ਼ਟਰੀ ਸੰਕਟਕਾਲ ਲਾਗੂ ਕਰਨਾ, ਉਹਦੀ ਘੋਸ਼ਣਾ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦਾ ਗਾ। ਉਹਦੇ ਲਈ ਉਸਨੂੰ ਮੰਤਰੀ ਮੰਡਲ ਦੀ ਬੇਨਤੀ 'ਤੇ ਹੀ ਜਿਹੜਾ ਫੈਸਲਾ ਲੈਣਾ ਪੈਂਦਾ, ਇਸ ਲਈ ਤਾਨਾਸ਼ਾਹ ਬਣਨ ਦੀ ਸੰਭਾਵਨਾ ਨਹੀਂ ਹੈ।
ਮੰਤਰੀ ਪਰਿਸ਼ਦ ਦੀ ਸਲਾਹ ਮੰਨਣ ਲਈ ਪਾਬੰਦ। ਸੰਵਿਧਾਨ ਦੀ 42ਵੀਂ ਸੋਧ ਅਨੁਸਾਰ ਰਾਸ਼ਟਰਪਤੀ ਮੰਤਰੀ ਪਰਿਸ਼ਦ ਦੀ ਸਲਾਹ ਮੰਨਣ ਲਈ ਪਾਬੰਦ ਹੈ ਅਤੇ ਉਹ ਮੰਤਰੀ ਪਰਿਸ਼ਦ ਦੀ ਇੱਛਾ ਦੇ ਵਿਰੁੱਧ ਕੋਈ ਵੀ ਕਾਰਜ ਨਹੀਂ ਕਰ ਸਕਦਾ ਗਾ। ਤਾਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ, ਪਰ ਉਹਨਾਂ ਦੀ ਵਰਤੋਂ ਉਹ ਆਪਣੀ ਇੱਛਾ ਅਨੁਸਾਰ ਨਹੀਂ, ਸਗੋਂ ਉਹਨੂੰ ਕਿਹਦੀ ਸਲਾਹ ਅਨੁਸਾਰ ਕਰਨੀ ਪੈਂਦੀ ਹੈ? ਮੰਤਰੀ ਪਰਿਸ਼ਦ ਦੀ ਸਲਾਹ ਅਨੁਸਾਰ। ਅਰਥਾਤ ਉਹ ਬਾਉਂਡ ਹੈ, ਪਾਬੰਦ ਹੈ ਮੰਤਰੀ ਪਰਿਸ਼ਦ ਦੀ ਇੱਛਾ ਪੂਰੀ ਕਰਨ ਦੇ ਲਈ, ਮੰਨਣ ਦੇ ਲਈ। ਸੋ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਕਾਰਜ ਨਹੀਂ ਕਰ ਸਕਦਾ ਗਾ। ਇਸ ਲਈ ਤਾਨਾਸ਼ਾਹ ਬਣਨ ਦੀ ਸੰਭਾਵਨਾ ਨਹੀਂ ਹੈ। ਫਿਰ ਵੱਡੀ ਗੱਲ ਕਿ ਰਾਸ਼ਟਰਪਤੀ ਦਾ ਅਹੁਦਾ ਹੀ ਜੱਦੀ ਨਹੀਂ ਹੈ, ਰਾਸ਼ਟਰਪਤੀ ਦਾ ਅਹੁਦਾ ਜੱਦੀ ਨਹੀਂ। ਉਸ ਨੂੰ 5 ਸਾਲ ਪਿੱਛੋਂ ਰਾਸ਼ਟਰਪਤੀ ਬਣਨ ਲਈ ਦੁਬਾਰਾ ਚੋਣ ਲੜਨੀ ਪੈਣੀ ਹੈ, ਅਤੇ ਲੋਕ ਹਰ ਵਾਰ ਰਾਸ਼ਟਰਪਤੀ ਜਿਹੜਾ ਬਦਲ ਸਕਦੇ ਆ। ਰਾਸ਼ਟਰਪਤੀ ਨੂੰ ਮਹਾਂਦੋਸ਼ ਰਾਹੀਂ ਅਹੁਦੇ ਤੋਂ ਵਾਕ ਕੀਤਾ ਜਾ ਸਕਦਾ। ਜੇਕਰ ਰਾਸ਼ਟਰਪਤੀ ਕੋਈ ਅਜਿਹਾ ਗੈਰ ਸੰਵਿਧਾਨਿਕ ਕੰਮ ਕਰਦਾ ਤਾਂ ਸੰਸਦ ਦੁਆਰਾ, ਸੰਸਦ ਦੇ ਦੋਨਾਂ ਸਦਨਾਂ ਦੁਆਰਾ ਇੱਕ ਪ੍ਰੋਸੀਜਰ ਆ ਜਿਹਦੇ 'ਚ ਮਹਾਂਦੋਸ਼ ਦਾ ਮੁਕੱਦਮਾ ਉਹਦੇ ਖਿਲਾਫ਼ ਜਿਹੜਾ ਚਲਾਇਆ ਜਾ ਸਕਦਾ। ਜੇਕਰ ਉਹ ਮਹਾਂਦੋਸ਼ ਦਾ ਮੁਕੱਦਮਾ ਪਾਸ ਹੋ ਜਾਂਦਾ ਦੋਵਾਂ ਸਦਨਾਂ ਵੱਲੋਂ, ਤਾਂ ਉਹਨੂੰ ਅਹੁਦੇ ਤੋਂ ਵਾਕ ਕੀਤਾ ਜਾ ਸਕਦਾ ਹੈ। ਕੇਂਦਰ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਕੋਈ ਵਿਵਸਥਾ ਨਹੀਂ। ਕੇਂਦਰ ਵਿੱਚ ਕੋਈ ਅਜਿਹੀ ਵਿਵਸਥਾ ਨਹੀਂ ਕਿ ਰਾਸ਼ਟਰਪਤੀ ਸੰਕਟ ਕਾਲ ਦੇ ਐਲਾਨ ਰਾਹੀਂ ਰਾਜ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਸਕੇ। ਕੇਂਦਰ ਵਿੱਚ ਸਦਾ ਹੀ ਰਾਸ਼ਟਰਪਤੀ ਨੂੰ ਸਲਾਹ ਮਸ਼ਵਰਾ ਦੇਣ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ। ਧਨ ਉੱਪਰ ਸੰਸਦ ਦਾ ਕੰਟਰੋਲ। ਰਾਜ ਪ੍ਰਬੰਧ ਚਲਾਉਣ ਲਈ ਰਾਸ਼ਟਰਪਤੀ ਨੂੰ ਧਨ ਦੀ ਜ਼ਰੂਰਤ ਹੁੰਦੀ ਹੈ ਅਤੇ ਸਾਲਾਨਾ ਬਜਟ ਸੰਸਦ ਦੁਆਰਾ ਪਾਸ ਕੀਤਾ ਜਾਂਦਾ ਹੈ। ਇਸ ਲਈ ਹੁਣ ਸੰਸਦ ਦੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ ਧਨ ਦੇ ਮਸਲਿਆਂ ਨੂੰ ਲੈ ਕੇ। ਉਹ ਆਪਣੀ ਇੱਛਾ ਅਨੁਸਾਰ ਕੋਈ ਫੈਸਲਾ ਨਹੀਂ ਕਰ ਸਕਦਾ। ਸੰਕਟਕਾਲੀਨ ਸ਼ਕਤੀਆਂ ਅਤੇ ਸੁਰੱਖਿਆਵਾਂ। ਰਾਸ਼ਟਰਪਤੀ ਸੰਕਟਕਾਲ ਦਾ ਐਲਾਨ ਜਾਰੀ ਕਰ ਸਕਦਾ ਹੈ, ਪਰੰਤੂ ਉਸ ਨੂੰ ਸੰਕਟਕਾਲ ਦੇ ਐਲਾਨ 'ਤੇ ਸੰਸਦ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਪੈਂਦੀ ਹੈ। ਇਸ ਤੋਂ ਉਪਰੰਤ ਸੰਕਟਕਾਲ ਦਾ ਐਲਾਨ ਨਿਆਂਸੰਗਤ ਵੀ ਹੈ, ਅਰਥਾਤ ਉਹਨੂੰ ਅਦਾਲਤ ਵਿੱਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ। ਸੰਸਦ ਸਧਾਰਨ ਬਹੁਮਤ ਨਾਲ ਮਤਾ ਪਾਸ ਕਰਕੇ ਸੰਕਟ ਦਾ ਐਲਾਨ ਖਤਮ ਵੀ ਕਰ ਸਕਦੀ ਹੈ। ਸੋ ਉੱਪਰ ਲਿਖੇ ਵਿਚਾਰਾਂ ਤੋਂ ਸਪੱਸ਼ਟ ਹੈ ਕਿ ਰਾਸ਼ਟਰਪਤੀ ਜਿਹੜਾ ਹੈ ਉਹ ਤਾਨਾਸ਼ਾਹ ਨਹੀਂ ਬਣ ਸਕਦਾ। ਰਾਸ਼ਟਰਪਤੀ ਦੀ ਸਥਿਤੀ ਕਿਹੋ ਜਿਹੀ ਹੈ, ਅਸੀਂ ਉਹਦੀਆਂ ਸ਼ਕਤੀਆਂ, ਉਹਨਾਂ ਸ਼ਕਤੀਆਂ ਦੀ ਆਲੋਚਨਾ ਆਦਿ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਹਾਸਲ ਕੀਤੀ ਹੈ। ਤਾਂ ਰਾਸ਼ਟਰਪਤੀ ਦੀ ਕਿਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ, ਪੁਜੀਸ਼ਨ ਕੀ ਹੈ, ਪੁਜੀਸ਼ਨ ਆਫ ਪ੍ਰੈਜ਼ੀਡੈਂਟ। ਪਿੱਛੇ ਅਸੀਂ ਰਾਸ਼ਟਰਪਤੀ ਦੁਆਰਾ ਵੱਖ ਵੱਖ ਖੇਤਰਾਂ 'ਚ ਵਰਤੀਆਂ ਜਾਣ ਵਾਲੀਆਂ ਸ਼ਕਤੀਆਂ ਦਾ ਅਧਿਐਨ ਕੀਤਾ ਹੈ, ਜਿਨ੍ਹਾਂ ਨੂੰ ਪੜ੍ਹਨ ਤੋਂ ਪ੍ਰਤੀਤ ਹੁੰਦਾ ਕਿ ਰਾਸ਼ਟਰਪਤੀ ਇੱਕ ਸ਼ਕਤੀਸ਼ਾਲੀ ਕਾਰਜ ਸਾਧਕ ਮੁਖੀ ਹੈ। ਕਾਰਜ ਸਾਧਕ ਸ਼ਕਤੀਆਂ ਤੋਂ ਇਲਾਵਾ ਵਿਧਾਨਕੀ, ਵਿੱਤੀ ਅਤੇ ਨਿਆਇ ਖੇਤਰ ਵਿੱਚ ਵੀ ਰਾਸ਼ਟਰਪਤੀ ਨੂੰ ਪ੍ਰਭਾਵਸ਼ਾਲੀ ਸ਼ਕਤੀਆਂ ਪ੍ਰਾਪਤ ਹਨ। ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ, ਅਧਿਆਦੇਸ਼ ਜਾਰੀ ਕਰ ਸਕਦਾ ਹੈ, ਬਿੱਲਾਂ 'ਤੇ ਵੀਟੋ ਵਰਤ ਸਕਦਾ ਹੈ, ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਤੋਂ ਬਿਨਾਂ ਧਨ ਬਿੱਲ ਸੰਸਦ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਆਦਿ। ਪਰੰਤੂ ਅਸਲ ਵਿੱਚ ਰਾਸ਼ਟਰਪਤੀ ਸੰਵਿਧਾਨਕ ਮੁਖੀ ਤੋਂ ਇਲਾਵਾ ਕੁਝ ਵੀ ਨਹੀਂ ਹੈ, ਕਿਉਂਕਿ ਭਾਰਤ 'ਚ ਸੰਸਦੀ ਪ੍ਰਣਾਲੀ ਹੈ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ, ਅਤੇ ਸੰਸਦੀ ਸਰਕਾਰ ਦਾ ਮੁਖੀ ਨਾ ਮਾਤਰ ਦਾ ਕਾਰਜ ਮੁਖੀ ਹੁੰਦਾ, ਅਰਥਾਤ ਸ਼ਕਤੀਆਂ ਦਾ ਪ੍ਰਯੋਗ ਉਹ ਆਪ ਨਹੀਂ ਕਰਦਾ, ਸਗੋਂ ਮੰਤਰੀ ਮੰਡਲ ਦੀ ਸਿਫਾਰਸ਼ ਨਾਲ ਕਰਦਾ। ਜੋ ਮੰਤਰੀ ਮੰਡਲ ਕਹਿੰਦਾ ਉਹਨੂੰ ਉਹੀ ਕੰਮ ਕਰਨੇ ਪੈਂਦੇ, ਉਹ ਆਪਣੀ ਇੱਛਾ ਅਨੁਸਾਰ ਉਹਨਾਂ ਨੂੰ ਮੰਨ ਜਾਂ ਨਾ ਮੰਨ ਵੀ ਨਹੀਂ ਕਰ ਸਕਦਾ ਗਾ। ਉਹਨੂੰ ਜੋ ਸਲਾਹ ਦਿੱਤੀ ਉਹਦੇ ਅਨੁਸਾਰ ਹੀ ਕਾਰਜ ਕਰਨਾ ਹੀ ਪੈਂਦਾ ਹੈ। ਸੰਵਿਧਾਨ ਦੀ ਧਾਰਾ 74(1) ਵਿੱਚ ਸਪੱਸ਼ਟ ਕੀਤਾ ਗਿਆ ਹੈ, ਰਾਸ਼ਟਰਪਤੀ ਨੂੰ ਉਸਦੇ ਕਾਰਜ ਸਾਧਕਾਂ ਵਿੱਚ ਸਹਾਇਤਾ ਅਤੇ ਸਲਾਹ ਮਸ਼ਵਰਾ ਦੇਣ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ, ਜਿਸਦਾ ਮੁਖੀਆ ਪ੍ਰਧਾਨ ਮੰਤਰੀ ਹੋਵੇਗਾ, ਅਤੇ ਰਾਸ਼ਟਰਪਤੀ ਆਪਣੀ ਸ਼ਕਤੀਆਂ ਦਾ ਪ੍ਰਯੋਗ ਕਰਦੇ ਸਮੇਂ ਉਸਦੀ ਸਲਾਹ ਅਨੁਸਾਰ ਕਾਰਜ ਕਰੇਗਾ। ਡਾਕਟਰ ਅੰਬੇਦਕਰ ਨੇ ਰਾਸ਼ਟਰਪਤੀ ਦੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਹੋਇਆਂ ਕਿਹਾ ਸੀ, ਭਾਰਤ ਵਿੱਚ ਰਾਸ਼ਟਰਪਤੀ ਨੂੰ ਉਹ ਸਥਾਨ ਹੀ ਪ੍ਰਾਪਤ ਹੈ ਜਿਹੜਾ ਬਰਤਾਨੀਆ ਵਿੱਚ ਉੱਥੋਂ ਦੇ ਰਾਜੇ ਨੂੰ ਪ੍ਰਾਪਤ ਹੈ। ਉਹ ਰਾਸ਼ਟਰ ਦਾ ਮੁਖੀ ਹੈ, ਨਾ ਕਿ ਕਾਰਜਪਾਲਿਕਾ।
ਉਹ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ ਪਰੰਤੂ ਦੇਸ਼ ਉੱਤੇ ਸ਼ਾਸਨ ਨਹੀਂ ਕਰਦਾ, ਸ਼ਾਸਨ ਮੰਤਰੀ ਪ੍ਰਿਸ਼ਦ ਹੀ ਕਰਦੀ ਹੈ। ਸਧਾਰਨ ਤੌਰ 'ਤੇ ਮੰਤਰੀ ਮੰਡਲ ਦੀ ਸਲਾਹ ਅਨੁਸਾਰ ਚੱਲਣ ਲਈ ਪਾਬੰਦ ਹੋਵੇਗਾ। ਉਹ ਮੰਤਰੀ ਮੰਡਲ ਦੀ ਸਲਾਹ ਦੇ ਵਿਰੁੱਧ ਕੁਝ ਨਹੀਂ ਕਰ ਸਕਦਾ, ਨਾ ਹੀ ਮੰਤਰੀ ਮੰਡਲ ਦੀ ਸਲਾਹ ਤੋਂ ਬਿਨਾਂ ਹੀ ਕੁਝ ਕਰ ਸਕਦਾ। ਇਹੋ ਕਾਰਨ ਹੈ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਸੰਵਿਧਾਨਕ ਮੁਖੀ ਦਸਤਖਤ ਕਰਨ ਵਾਲੀ ਮਸ਼ੀਨ ਰਬੜ ਦੀ ਮੋਹਰ ਕਿਹਾ ਜਾਂਦਾ ਹੈ। ਇੱਕ ਨੰਬਰ 'ਚ ਵੀ ਬਹੁਤ ਵਾਰੀ ਪੁੱਛ ਲੈਂਦੇ ਆ ਕੀ ਕਹਿੰਦੇ ਰਾਸ਼ਟਰਪਤੀ ਨੂੰ, ਨਾ ਮਾਤਰ ਸੰਵਿਧਾਨਕ ਮੁਖੀ ਦਸਤਖਤ ਕਰਨ ਵਾਲੀ ਮਸ਼ੀਨ ਰਬੜ ਦੀ ਮੋਹਰ, ਅਰਥਾਤ ਉਹ ਸਿਰਫ ਇੱਕ ਮਸ਼ੀਨ ਹੈ, ਉਹਨੂੰ ਜੋ ਆਰਡਰ ਦਿੱਤਾ ਜਾਂਦਾ ਉਹਨੂੰ ਉਹ ਫੋਲੋ ਕਰਦੀ ਹੈ, ਆਪਣੀ ਇੱਛਾ ਅਨੁਸਾਰ ਕੁਛ ਵੀ ਨਹੀਂ ਕਰ ਸਕਦਾ, ਇਸ ਕਰਕੇ ਉਸ ਨੂੰ ਰਬੜ ਸਟੈਂਪ ਦਾ ਨਾਮ ਦਿੱਤਾ ਗਿਆ ਹੈ। ਸੋ ਇਸ ਤੋਂ ਬਾਅਦ ਹੈ ਜੀ, ਪਰੰਤੂ ਇਸ ਦਾ ਮਤਲਬ ਇਹ ਨਹੀਂ ਕਿ ਰਾਸ਼ਟਰਪਤੀ ਦਾ ਉਹਦਾ ਫਾਲਤੂ ਹੈ। ਜੇ ਰਬੜ ਦੀ ਮੋਹਰ ਹੈ, ਜੇ ਮਸ਼ੀਨ ਹੀ ਹੈ, ਤਾਂ ਫਿਰ ਇੱਕ ਵਿਅਕਤੀ ਨੂੰ ਕਿਉਂ ਇਹਦੇ ਲਾਇਆ ਜਾਂਦਾ, ਕੀ ਲੋੜ ਹੈ ਉਹਦੀ, ਕਿ ਉਹ ਬਿਲਕੁਲ ਫਾਲਤੂ ਹੈ ਰਾਸ਼ਟਰਪਤੀ, ਅਤੇ ਨਾ ਹੀ ਇਹ ਕਿ ਰਾਸ਼ਟਰਪਤੀ ਕੁਝ ਕਰ ਨਹੀਂ ਸਕਦਾ। ਹੇਠ ਲਿਖੇ ਕੁਝ ਖੇਤਰ ਹੈਗੇ ਜਿਨ੍ਹਾਂ 'ਚ ਰਾਸ਼ਟਰਪਤੀ ਆਪਣੀ ਇੱਛਾ ਦਾ ਪ੍ਰਯੋਗ ਵੀ ਕਰ ਸਕਦਾ, ਆਪਣੀ ਵਿਸ਼ ਦੇ ਅਨੁਸਾਰ ਕੰਮ ਕਰ ਸਕਦਾ। ਸਭ ਤੋਂ ਪਹਿਲਾਂ ਜੀ, ਸਲਾਹ ਦੇਣ ਦਾ ਅਧਿਕਾਰ। ਰਾਸ਼ਟਰਪਤੀ ਇੱਕ ਸੀਨੀਅਰ ਸਿਆਸਤਦਾਨ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਨੂੰ ਵੱਖ ਵੱਖ ਵਿਸ਼ਿਆਂ ਦੇ ਸੰਬੰਧ ਵਿੱਚ ਸਲਾਹ ਮਸ਼ਵਰਾ ਦੇ ਸਕਦਾ ਹੈ। ਉਤਸ਼ਾਹਿਤ ਕਰਨ ਦਾ ਅਧਿਕਾਰ। ਰਾਸ਼ਟਰਪਤੀ ਸਰਕਾਰ ਨੂੰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ। ਚੇਤਾਵਨੀ ਦੇਣ ਦਾ ਅਧਿਕਾਰ। ਕਿਸੇ ਗਲਤ ਕੰਮ ਲਈ ਰਾਸ਼ਟਰਪਤੀ ਮੰਤਰੀ ਮੰਡਲ ਉਹਨਾਂ ਦੇ ਗਲਤ ਕਾਰਜਾਂ ਲਈ ਚੇਤਾਵਨੀ ਵੀ ਦਿੰਦਾ ਹੈ। ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ। ਰਾਸ਼ਟਰਪਤੀ ਮੰਤਰੀ ਮੰਡਲ ਕੋਲੋਂ ਕਿਸੇ ਵੀ ਵਿਸ਼ੇ 'ਤੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਸੰਵਿਧਾਨ ਦੀ ਰਾਖੀ। ਰਾਸ਼ਟਰਪਤੀ ਸੰਵਿਧਾਨ ਦੀ ਰਾਖੀ ਕਰਨ ਦੀ ਸਹੁੰ ਚੁੱਕਦਾ ਹੈ ਅਤੇ ਸੰਵਿਧਾਨ ਦੀ ਰਾਖੀ ਕਰਨ ਲਈ ਉਹ ਕੋਈ ਵੀ ਕਦਮ ਚੁੱਕ ਸਕਦਾ ਹੈ। ਬਿੱਲਾਂ ਨੂੰ ਮੁੜ ਵਿਚਾਰ ਲਈ ਭੇਜਣਾ। ਰਾਸ਼ਟਰਪਤੀ ਸੰਸਦ ਦੁਆਰਾ ਪਾਸ ਕੀਤੇ ਕਿਸੇ ਵੀ ਬਿੱਲ ਨੂੰ ਮੁੜ ਵਿਚਾਰ ਲਈ ਭੇਜ ਸਕਦਾ ਹੈ। ਰਾਸ਼ਟਰ ਦਾ ਸਲਾਹਕਾਰ। ਰਾਸ਼ਟਰਪਤੀ ਰਾਸ਼ਟਰ ਦਾ ਸਲਾਹਕਾਰ ਵੀ ਹੈ। ਉਹ ਮਹੱਤਵਪੂਰਨ ਮੌਕਿਆਂ 'ਤੇ ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਰਾਸ਼ਟਰ ਦੇ ਲੋਕਾਂ ਨੂੰ ਬੁੱਧੀਮਾਨੀ ਵਾਲੀ ਸਲਾਹ ਦਿੰਦਾ ਹੈ, ਜਿਸ ਦਾ ਰਾਸ਼ਟਰ ਦੇ ਲੋਕਾਂ 'ਤੇ ਚੰਗਾ ਅਸਰ ਹੁੰਦਾ ਹੈ। 18 ਅਪ੍ਰੈਲ 2004 ਨੂੰ 14ਵੀਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ APJ ਅਬਦੁਲ ਕਲਾਮ ਦੁਆਰਾ ਭਾਰਤ ਦੇ ਲੋਕਾਂ ਨੂੰ ਆਪਣੇ ਮਤ ਅਧਿਕਾਰ ਦਾ ਸਕਾਰਾਤਮਕ ਪ੍ਰਯੋਗ ਕਰਨ ਲਈ ਕਿਹਾ ਗਿਆ ਸੀ, ਤਾਂ ਜੋ ਚੰਗੇ ਪ੍ਰਤੀਨਿਧਾਂ ਦੀ ਚੋਣ ਕੀਤੀ ਜਾ ਸਕੇ। 21 ਮਾਰਚ 2005 ਨੂੰ ਰਾਸ਼ਟਰਪਤੀ APJ ਅਬਦੁਲ ਕਲਾਮ ਦੁਆਰਾ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਸਾਹਮਣੇ ਬੋਲਦਿਆਂ ਹੋਇਆਂ ਉਹਨਾਂ ਦੁਆਰਾ ਨਕਾਰਾਤਮਕ ਰਾਜਨੀਤੀ ਨੂੰ ਤਿਆਗ ਕੇ ਵਿਕਾਸ ਦੀ ਰਾਜਨੀਤੀ ਕਰਨ ਲਈ ਕਿਹਾ ਗਿਆ ਸੀ। 23 ਫਰਵਰੀ 2016 ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ ਸੰਸਦ ਦੇ ਦੋਹਾਂ ਸਦਨਾਂ ਦੇ ਸਾਹਮਣੇ ਬੋਲਦਿਆਂ ਹੋਇਆਂ ਮੈਂਬਰਾਂ ਨੂੰ ਸੰਸਦ ਵਿੱਚ ਵਿਚਾਰ ਵਟਾਂਦਰਾ ਕੀਤੇ ਜਾਣ, ਨਾ ਕਿ ਕਾਰਵਾਈ ਵਿੱਚ ਰੁਕਾਵਟ ਪਾਉਣ ਦੀ ਸਲਾਹ ਦਿੱਤੀ ਸੀ। ਸੋ ਰਾਸ਼ਟਰਪਤੀ ਇੱਕ ਦੇਸ਼ ਦੀ ਦਾ ਚੰਗਾ ਸਲਾਹਕਾਰ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ, ਔਰ ਕਿਸੇ ਅਜਿਹੀ ਸਥਿਤੀ ਦੇ ਵਿੱਚ ਜਿਸ ਦੇ ਵਿੱਚ ਜ਼ਰੂਰਤ ਹੈ ਸਰਕਾਰ ਨੂੰ ਗਲਤ ਕੰਮ ਤੋਂ ਰੋਕਣ ਦੀ ਜਾਂ ਕੋਈ ਚੰਗੀ ਸਲਾਹ ਦੇਣ ਦੀ, ਤਾਂ ਉਹ ਚੰਗੀ ਸਲਾਹ ਜਿਹੜੀ ਹੈ ਉਹ ਦੇ ਸਕਦਾ ਹੈ। ਮੰਤਰੀ ਪ੍ਰਿਸ਼ਦ ਨੂੰ ਸਲਾਹ ਮੁੜ ਵਿਚਾਰ ਲਈ ਭੇਜਣਾ। 44ਵੀਂ ਸੋਧ ਅਨੁਸਾਰ ਰਾਸ਼ਟਰਪਤੀ ਮੰਤਰੀ ਪ੍ਰਿਸ਼ਦ ਦੁਆਰਾ ਉਸਨੂੰ ਦਿੱਤੀ ਸਲਾਹ ਨੂੰ ਮੁੜ ਵਿਚਾਰ ਲਈ ਵਾਪਸ ਭੇਜ ਸਕਦਾ ਹੈ। 21 ਅਕਤੂਬਰ 1997 ਨੂੰ ਰਾਸ਼ਟਰਪਤੀ ਸ਼੍ਰੀ KR ਨਰਾਇਣਨ ਦੁਆਰਾ ਉੱਤਰ ਪ੍ਰਦੇਸ਼ ਵਿੱਚ ਅਤੇ ਸਤੰਬਰ 1998 ਵਿੱਚ ਬਿਹਾਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਸੰਬੰਧੀ ਮੰਤਰੀ ਮੰਡਲ ਦੁਆਰਾ ਕੀਤੀ ਗਈ ਸਿਫਾਰਸ਼ ਨੂੰ ਮੁੜ ਵਿਚਾਰ ਲਈ ਵਾਪਸ ਭੇਜਿਆ ਗਿਆ ਸੀ, ਜਿਸ ਨੂੰ ਮੰਤਰੀ ਮੰਡਲ ਦੁਆਰਾ ਵਾਪਸ ਲੈ ਲਿਆ ਗਿਆ ਸੀ। ਰਾਸ਼ਟਰਪਤੀ ਦੀ ਇਸ ਕਾਰਵਾਈ ਦੁਆਰਾ ਉੱਤਰ ਪ੍ਰਦੇਸ਼ ਵਿੱਚ ਪੈਦਾ ਹੋਣ ਵਾਲਾ ਸੰਵਿਧਾਨਕ ਸੰਕਟ ਟਲ ਗਿਆ ਸੀ। ਪਿੱਛੇ ਲਿਖੀਆਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਦੀ ਸਥਿਤੀ ਨੂੰ ਕਾਫੀ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਸ਼ਟਰਪਤੀ ਦੀ ਸਥਿਤੀ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਕਿਹਾ ਹੈ, ਅਸੀਂ ਆਪਣੇ ਰਾਸ਼ਟਰਪਤੀ ਨੂੰ ਕੋਈ ਅਸਲੀ ਸ਼ਕਤੀ ਨਹੀਂ ਦਿੱਤੀ, ਪਰੰਤੂ ਅਸੀਂ ਉਸ ਦੀ ਪਦਵੀ ਨੂੰ ਮਹਾਨ ਸ਼ਕਤੀ ਅਤੇ ਸਤਿਕਾਰ ਵਾਲਾ ਬਣਾਇਆ ਹੈ। ਸੋ ਇਹ ਸੀ ਸਾਡਾ ਅੱਜ ਦਾ ਟੌਪਿਕ, ਜਿਸ ਵਿੱਚ ਅਸੀਂ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦੀ ਆਲੋਚਨਾ, ਉਹਨਾਂ ਦੀ ਉਚਿਤਤਾ ਅਤੇ ਰਾਸ਼ਟਰਪਤੀ ਦੀ ਸਥਿਤੀ ਬਾਰੇ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕੀਤੀ ਹੈ।
ਉਮੀਦ ਹੈ ਤੁਹਾਨੂੰ ਅੱਜ ਦਾ ਟੌਪਿਕ ਪੂਰੀ ਤਰ੍ਹਾਂ ਪਸੰਦ ਆਇਆ ਹੋਵੇਗਾ। ਤੁਹਾਡੀ ਜਾਣਕਾਰੀ ਦੇ ਵਿੱਚ ਇਹਦੇ ਨਾਲ ਕਾਫੀ ਵਾਧਾ ਹੋਏਗਾ ਔਰ ਤੁਹਾਡੇ ਇਗਜ਼ਾਮ ਦੀ ਕਾਫੀ ਤਿਆਰੀ ਹੋਏਗੀ ਔਰ ਤੁਹਾਡੇ ਜਨਰਲ ਨੌਲੇਜ ਦੇ ਜਿੰਨੇ ਵੀ ਇਗਜ਼ਾਮ ਨੇ ਉਹਨਾਂ ਵਿੱਚ ਵੀ ਇਹਨਾਂ 'ਚੋਂ ਬਹੁਤ ਮਹੱਤਵਪੂਰਨ ਪ੍ਰਸ਼ਨ ਜਿਹੜੇ ਦੱਸੇ ਨੇ ਜਾਂ ਸਿੰਗਲ ਲਾਈਨ ਵਨ ਲਾਈਨ ਕੁਐਸਚਨ ਜਿਹੜੇ ਮੈਂ ਪ੍ਰਸ਼ਨ ਇੰਪੋਰਟੈਂਟ ਦੱਸਦਾ ਹਾਂ ਉਹ ਕਾਫੀ ਤੁਹਾਡੀ ਮਦਦ ਕਰਨਗੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਥੈਂਕ ਯੂ।